रणवीर सिंह राणा ते पाकिस्तान दे वल्लों करतारपुर लांघा खोल दिता गया है। दस दिए कि 15 मार्च नूं COVID-19 दे चलदियां करोना वायरस दे चलदियां दोवां देशां दे वल्लों करतारपुर लांघा बंद कर दिता गया सी, पर पाकिस्तान दे वल्लों नोटिफिकेशन जारी कर दिता गया कि उत्थे स्थिति ठीक है ते उस दे वल्लों करतारपुर लांघा पाकिस्तान वाले पासिओं खोल दिता गया है। पर भारत ने हाले इस तों इनकार कर दिता है। भारत का कहना है कि हाले जिहड़ी महामारी है उह फैली हुई है ते इस करके हाले जिहड़ा ये करतारपुर लांघा खोलिया नहीं जा सकता। हुण दस दिए कि पाकिस्तान वाले पासिओं करतारपुर लांघा खोल दिता गया, भारत वाले पासिओं हाले लांघा नहीं खोलिया गया। मिनिस्ट्री ऑफ एक्सटरनल अफेयरस दे वल्लों इह स्पष्ट किया गया है कि हाले करोना महामारी नूं देखदिआं होइआं हाले जिहड़ा ये करतारपुर लांघा नहीं खोलिया जा सकता। दस दिए कि 2019 दे विच जदों श्री गुरु नानक देव जी का 550वां प्रकाश पुरब सीगा उदों दोवां देशां विचाले समझौता होया सी अते करतारपुर लांघा खोल दिता गया सी। हालांकि संगत सवेरे जा सकती है, शाम नूं वापस आउणा पैंदा। तुहाडे याद होवे तां राष्ट्रपति समेत प्रधानमंत्री नरेंद्र मोदी समेत होर बहुत सारे वड्डे आगू जिहड़े ने ਉਹ ਪਹੁੰਚੇ ਸਨ ਇਸ ਦੌਰਾਨ ਅਤੇ ਪੰਜਾਬ ਸਰਕਾਰ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ, ਤਮਾਮ ਮੰਤਰੀ ਜਿਹੜੇ ਨੇ, ਈਵਨ ਕਿ ਹਰਸਿਮਰਤ ਕੌਰ ਬਾਦਲ ਉਦੋਂ ਕੇਂਦਰੀ ਮੰਤਰੀ ਸੀਗੇ, ਉਹ ਵੀ ਪਾਕਿਸਤਾਨ ਦੇ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਏ ਸੀ, ਕਰਤਾਰਪੁਰ ਲਾਂਘੇ ਦੇ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਏ ਸੀ। ਪਰ ਹੁਣ ਕਰੋਨਾ ਵਾਇਰਸ ਕਰਕੇ ਪਿਛਲੇ 15 ਮਾਰਚ ਤੋਂ ਜਿਹੜਾ ਇਹ ਕਰਤਾਰਪੁਰ ਲਾਂਘਾ ਉਹ ਬੰਦ ਸੀਗਾ ਅਤੇ ਹੁਣ ਪਾਕਿਸਤਾਨ ਦੇ ਵੱਲੋਂ ਲਾਂਘਾ ਖੋਲ੍ਹਣ ਦੀ ਗੱਲ ਆਖੀ ਗਈ ਹੈ। ਪਰ ਭਾਰਤ ਨੇ ਹਾਲੇ ਕਿਹਾ ਹੈ ਕਿ ਲਾਂਘਾ ਨਹੀਂ ਖੋਲ੍ਹਿਆ ਜਾ ਸਕਦਾ। ਪਾਕਿਸਤਾਨ ਦੇ ਵੱਲੋਂ ਜਿਹੜਾ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦਾ ਬਿਆਨ ਆਇਆ ਜਿਸ ਦੇ ਵਿੱਚ ਕਿਹਾ ਗਿਆ ਕਿ ਕਰਤਾਰਪੁਰ ਕੋਰੀਡੋਰ ਖੋਲ੍ਹ ਦਿੱਤਾ ਗਿਆ ਪਾਕਿਸਤਾਨ ਵਾਲੇ ਪਾਸਿਓਂ, ਪਰ ਭਾਰਤ ਦੇ ਵੱਲੋਂ ਜਿਹੜੀ ਗੱਲ ਆਖੀ ਗਈ ਹੈ ਉਹ ਇਹ ਕਿਹਾ ਗਿਆ ਕਿ ਹਾਲੇ ਜਿਹੜਾ ਬੁੱਧ ਰਾਵੀ ਚੈਨਲ ਹੈ ਉਹ 'ਤੇ ਪੁਲ ਦਾ ਨਿਰਮਾਣ ਕੀਤਾ ਜਾਵੇ ਅਤੇ ਜਿਹੜੇ ਆਪਸ ਦੇ ਵਿੱਚ ਜੋ ਜੋ ਸਮਝੌਤੇ ਹੋਏ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ। ਦੱਸਦੇ ਕਿ 1 ਸਾਲ ਬਾਅਦ ਪਾਕਿਸਤਾਨ ਨੂੰ ਪੁਲ ਦਾ ਨਿਰਮਾਣ ਕਰਨਾ ਸੀਗਾ ਅਤੇ ਹਾਲੇ ਇਹ ਜਿਹੜਾ ਇਹ ਤਿਆਰ ਨਹੀਂ ਹੋਇਆ ਹੈਗਾ। ਪਾਕਿਸਤਾਨ ਦੇ ਨਾਲ ਤਕਨੀਕੀ ਮੀਟਿੰਗ ਵੀ ਹੋਈ ਸੀਗੀ 27 ਅਗਸਤ 2020 ਨੂੰ, ਜਿਹਦੇ ਵਿੱਚ ਦੋਵੇਂ ਟੀਮਾਂ ਦੀ ਮੀਟਿੰਗ ਹੋਈ ਸੀਗੀ, ਪਰ ਪਾਕਿਸਤਾਨ ਵਾਲੇ ਪਾਸਿਓਂ ਇਸ ਪੁਲ ਦੇ ਨਿਰਮਾਣ ਨੂੰ ਲੈ ਕੇ ਕੋਈ ਵੀ ਪ੍ਰਗਤੀ ਜਿਹੜੀ ਆ ਉਹ ਨਹੀਂ ਹੋਈ ਹੈ। ਦੱਸਦੀ ਕਿ ਕਰਤਾਰਪੁਰ ਸਾਹਿਬ ਕੋਰੀਡੋਰ 4.7 ਕਿਲੋਮੀਟਰ ਲੰਬਾ ਮਾਰਗ ਹੈ, ਭਾਰਤ ਤੋਂ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਅਤੇ ਉੱਧਰ ਪਾਕਿਸਤਾਨ ਵਾਲੇ ਪਾਸਿਓਂ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਜੋੜਦਾ ਹੈ ਅਤੇ ਪਿਛਲੇ ਸਾਲ ਇਸ ਦਾ ਉਦਘਾਟਨ ਕੀਤਾ ਗਿਆ ਸੀ। ਕਰੋਨਾ ਵਾਇਰਸ ਦੇ ਕਾਰਨ ਮਾਰਚ ਤੋਂ ਕਰਤਾਰਪੁਰ ਕੋਰੀਡੋਰ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਪਾਕਿਸਤਾਨ ਦੀ ਸਰਕਾਰ ਨੇ ਵੀ ਗਲਿਆਰੇ ਦੇ ਵਿੱਚ ਜਿਹੜਾ ਕੋਰੀਡੋਰ ਹੈ ਪਾਕਿਸਤਾਨੀ ਨਾਗਰਿਕਾਂ ਦੇ ਜਾਣ 'ਤੇ ਪ੍ਰਤੀਬੰਧ ਲਾ ਦਿੱਤਾ ਸੀ, ਪਾਬੰਦੀ ਲਾ ਦਿੱਤੀ ਸੀਗੀ। ਪਰ ਹੁਣ ਮੁੜ ਤੋਂ ਪਾਕਿਸਤਾਨ ਵਾਲੇ ਪਾਸਿਓਂ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹ ਦਿੱਤਾ ਗਿਆ, ਪਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਆਫ ਇੰਡੀਆ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਹਾਲੇ ਜਿਹੜਾ ਇਹ ਕਰਤਾਰਪੁਰ ਕੋਰੀਡੋਰ ਉਹ ਨਹੀਂ ਖੋਲ੍ਹਿਆ ਜਾ ਸਕਦਾ ਕਿਉਂਕਿ ਕਰੋਨਾ ਵਾਇਰਸ ਦੀ ਜਦੋਂ ਸਥਿਤੀ ਠੀਕ ਹੋਊਗੀ ਉਸ ਤੋਂ ਬਾਅਦ ਹੀ ਜਿਹੜਾ ਇਹ ਕਰੋਨਾ ਵਾਇਰਸ ਦੀ ਸਥਿਤੀ ਤੋਂ ਬਾਅਦ ਹੀ ਜਿਹੜਾ ਇਹ ਕਰਤਾਰਪੁਰ ਲਾਂਘਾ ਉਹ ਖੋਲ੍ਹਿਆ ਜਾਊਗਾ। ਸੋ ਦੱਸ ਦਈਏ ਕਿ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਪਾਕਿਸਤਾਨ ਵਾਲੇ ਪਾਸਿਓਂ ਬਕਾਇਦਾ ਤੌਰ 'ਤੇ ਨੋਟੀਫਿਕੇਸ਼ਨ ਜਾਰੀ ਕਰਕੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਹਾਲੇ ਭਾਰਤ ਨੇ ਇਸ ਤੋਂ ਇਨਕਾਰ ਕੀਤਾ ਹੈ। ਭਾਰਤ ਦਾ ਕਹਿਣਾ ਹੈ ਕਿ ਹਾਲੇ ਕਰਤਾਰਪੁਰ ਲਾਂਘਾ ਨਹੀਂ ਖੋਲ੍ਹਿਆ ਜਾ ਸਕਦਾ ਕਿਉਂਕਿ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ, ਅਜਿਹੇ ਦੇ ਵਿੱਚ ਕਰਤਾਰਪੁਰ ਲਾਂਘਾ ਨਹੀਂ ਖੋਲ੍ਹਿਆ ਜਾ ਸਕਦਾ ਹੈਗਾ। ਪਰ ਦੂਜੇ ਪਾਸੇ ਪਾਕਿਸਤਾਨ ਨੇ ਜ਼ਰੂਰ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ ਹੈ। ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਜਿਹੜੇ ਧਾਰਮਿਕ ਅਸਥਾਨ ਸੀਗੇ ਉਹ ਬੰਦ ਰੱਖੇ ਗਏ ਸਨ, ਪਰ ਪਿਛਲੇ ਸਮੇਂ ਦੇ ਵਿੱਚ ਹੁਣ ਮੁੜ ਤੋਂ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਜਿਹੜੇ ਬਾਕੀ ਧਾਰਮਿਕ ਅਸਥਾਨ ਹੈ ਉਹ ਜ਼ਰੂਰ ਖੋਲ੍ਹ ਦਿੱਤੇ ਗਏ ਨੇ, ਪਰ ਹਾਲੇ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਫੈਸਲਾ ਜਿਹੜਾ ਹੈ ਉਹ ਭਾਰਤ ਨੇ ਹਾਲੇ ਨਹੀਂ ਕੀਤਾ ਹੈ। ਸੋ ਦੱਸ ਦਈਏ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਡੇ ਪੱਧਰ 'ਤੇ ਇਸਦਾ ਸਵਾਗਤ ਕੀਤਾ ਗਿਆ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਹੈ ਅਤੇ ਆਪਣੇ ਜੀਵਨ ਦੇ ਆਖਰੀ ਵਰ੍ਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਦੀ ਧਰਤੀ 'ਤੇ ਹੀ ਬਿਤਾਏ ਸਨ, ਉੱਥੇ ਹੀ ਉਹ ਖੇਤੀ ਕਰਦੇ ਸਨ ਅਤੇ ਉੱਥੇ ਹੀ ਉਹਨਾਂ ਦਾ ਕਾਲ ਚਲਾਉਣਾ ਹੋਇਆ ਸੀ। ਅਤੇ ਕਰਤਾਰਪੁਰ ਸਾਹਿਬ ਦੇ ਨਾਲ ਸਿੱਖਾਂ ਦੀਆਂ ਜਿਹੜੇ ਭਾਵਨਾਵਾਂ ਆਸਥਾ ਜੁੜੀ ਹੋਈ ਹੈ, ਪਰ ਹਾਲੇ ਮਾਰਚ ਤੋਂ ਲੈ ਕੇ ਹੁਣ ਅਕਤੂਬਰ ਚੱਲ ਰਿਹਾ ਅਤੇ ਹਾਲੇ ਕਰਤਾਰਪੁਰ ਲਾਂਘਾ ਪੂਰੀ ਤਰ੍ਹਾਂ ਬੰਦ ਹੈ। ਪਰ ਪਾਕਿਸਤਾਨ ਦੀ ਇਮਰਾਨ ਖਾਨ ਦੀ ਸਰਕਾਰ ਦੇ ਵੱਲੋਂ ਜ਼ਰੂਰ ਹੁਣ ਲਾਂਘਾ ਖੋਲ੍ਹਣ ਦੀ ਗੱਲ ਆਖੀ ਗਈ ਹੈ, ਪਰ ਭਾਰਤ ਵਾਲੇ ਪਾਸਿਓਂ ਹਾਲੇ ਲਾਂਘਾ ਖੋਲ੍ਹਣ ਦੀ ਇਜਾਜ਼ਤ
नहीं दिती गई है। आने वाले समय के देखना होगा कदों तक भारत वालों ये लांघा खोलने की इजाजत दिती जाती है, पर पाकिस्तान ने करतारपुर कोरीडोर अपने वालों उस पास्यों खोल दिता। हालांकि दस दिए कि भारत ते पाकिस्तान के विचाले जिहड़ी ये डेरा बाबा नानक की सरहद पार करके जदों भारत पाकिस्तान वाले पास्यों जाने हो तां गुरद्वारा साहब पाकिस्तान दे विच स्थित है, तो उत्थे जाण दे लई जिहड़ा एक लांघा बनाया गया सीगा ये सवेरे संगत नूं जाके शाम तक वापस आना पैंदा सीगा, तो पाकिस्तान वाले पास्यों भी संगत आ सकती सी, वह भी वापस चले जाती सी। इस तरह भारत वाले पास्यों पंजाब वाले पास्यों संगत जाती सी, वह भी वापस आ जाती सी। दोवां देशां दे विचाले जिहड़े समझौते हुए सन उस दे मुताबक जिहड़ा ये लांघा खोलिया गया सी। पर हुण जिहड़ा ये भारत ने हाले करोना वायरस के खतरे के मद्देनज़र जिहड़ा ये हाले नहीं खोलिया, 15 मार्च नूं ये लांघा बंद किया गया सी, उस तो बाद 31 मार्च तो बाद अणमिथे समय लई यह लांघा बंद कर दिता गया है। पाकिस्तान के नारोवाल ज़िले के विच रावी नदी के नज़दीक है स्थित जिहड़ा गुरद्वारा करतारपुर साहब है, 500 साल तो भी पुराना गुरद्वारा साहब है। इत्थे 1522 दे विच गुरु नानक देव जी ने इसकी स्थापना की सी, जिंदगी दे आखिरी वरे उन्होंने इत्थे बिताए। लाहौर तो करतारपुर साहब की दूरी 120 किलोमीटर है, तो गुरदासपुर खेत्र तो भारतीय सरहद तो लगभग 7 किलोमीटर की दूरी पर है। पहला संगतां दूरबीन के नाल इस गुरद्वारा साहब के दर्शन कर दिया सन, पर पिछले समय के 550वें प्रकाश पुरब के मौके पर करतारपुर लांघा खोलिया गया, 26 नवंबर भारत में 28 नवंबर पाकिस्तान के इसका नींह पत्थर जिहड़ा वह रख्या गया सी, उद्घाटन किया गया सी, ते 9 नवंबर 2019 लोगों को लोक अर्पित किया गया सी। पर हुण करोना वायरस के कारण मार्च तो लगातार जिहड़ा करतारपुर लांघा बंद चलिया आ रहा है। हुण पाकिस्तान ने पहल की है, पाकिस्तान ने अपने पास्यों करतारपुर लांघा खोल दिता है, पर भारत वाले पास्यों संगत उदों ही जा सकेगी जदों केंद्र सरकार भारत वाले पास्यों करतारपुर लांघा खोलूगी। फिलहाल इस पेशकश से नहीं, तमाम अपडेट्स के लिए तुसीं देखते रहो डेली पोस्ट।